ਡਾਕਟਰਾਂ ਦੀ ਟੀਮ ਆਈ ਸੀ ਜੀ, ਉਹਨਾਂ ਨੇ ਸਾਡੇ ਬਲੱਡ ਜਿਹੜੇ ਉਹਨਾਂ ਦੇ ਸੈਂਪਲ ਖੜੇ ਆ, ਅਤੇ ਉਹਨਾਂ ਨੂੰ ਸਾਨੂੰ ਕਿਹਾ ਕਿ ਅਸੀਂ ਸ਼ਨਾਖਤ ਵਾਸਤੇ ਖੜੇ ਆ, ਇਹਨਾਂ ਬੱਚਿਆਂ ਦੀ ਸ਼ਨਾਖਤ ਕਰਨੀ ਹੈ ਉੱਧਰ, ਅਤੇ ਸਾਡੀਆਂ ਫੋਟੋਆਂ ਖੜੀਆਂ ਨੇ, ਸੋ ਉੱਧਰ ਜਿਹੜੇ ਬੰਦੇ ਉਹਨਾਂ ਨੂੰ ਪਛਾਣ ਕਰਾਵਾਂਗੇ ਇਹਨਾਂ ਦੀ, ਅਤੇ ਉਹ ਸਾਨੂੰ ਪਛਾਣਨਗੇ ਕਿ ਸਾਡਾ ਮਾਤਾ ਪਿਤਾ, ਅਤੇ ਇਹ ਸਾਨੂੰ ਕਹਿ ਕੇ ਗਏ। ਹੋਰ ਸਾਨੂੰ ਪਾਸਪੋਰਟ ਦੀ ਕਾਪੀ ਉਹਦੀ ਖੜੀ, ਅਤੇ ਹੋਰ ਬਾਕੀ ਉਹਨਾਂ ਇਹੋ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਾਹਦੇ ਵਾਸਤੇ ਖੜ੍ਹ ਲਏ, ਕਹਿੰਦੇ ਕਿ ਉੱਧਰ ਅਸੀਂ ਘੱਲਣੇ ਅਤੇ ਉਹਨਾਂ ਬੱਚਿਆਂ ਦੀ ਸ਼ਨਾਖਤ ਕਰਨੀ, ਕਿ ਉਹਨਾਂ ਦਾ ਕਿਸੇ ਨਾਲ ਹੋ ਸਕਦਾ ਚਿਹਰਾ ਮਿਲ ਜਾਂਦਾ, ਚਿਹਰੇ ਬਦਲ ਗਏ ਹੋਣ, ਪਛਾਣ ਨਹੀਂ ਆਉਂਦੀ, ਕਿ ਬੱਚੇ ਸਾਡੀਆਂ ਫੋਟੋਆਂ ਤੋਂ ਆਪਣਾ ਮਾਂ ਪਿਓ ਪਛਾਣ ਸਕਦੇ ਕਿ ਸਾਡਾ ਮਾਤਾ ਪਿਤਾ। ਡਾਕਟਰ ਸਾਡੇ ਕੋਲ ਆਏ ਸੀ ਗੁਰਦਾਸਪੁਰਿਓਂ, ਅਤੇ ਕਹਿਣ ਡੇ ਸੀ ਤੁਹਾਡਾ ਬਲੱਡ ਸੈਂਪਲ ਲੈਣਾ ਵੇ, ਅਤੇ ਉਹ ਬਲੱਡ ਸੈਂਪਲ ਲੈ ਕੇ ਗਏ ਨੇ, ਹੁਣ ਵੇਖੋ ਕੀ ਦੱਸਦੇ ਨੇ ਉਹ, ਕਿੱਦਾਂ ਉਹਨਾਂ ਉੱਧਰ ਭੇਜਣਾ ਹੈ, ਅਤੇ ਮਤਲਬ ਉੱਧਰੋਂ ਹੁਣ ਕੋਈ ਪਤਾ ਪੁਤਾ ਕਰਨਗੇ, ਅਤੇ ਹੁਣ ਅਜੇ ਹੁਣੇ ਹੀ ਗਏ ਜੇ ਹਜੇ ਬਲੱਡ ਸੈਂਪਲ ਲੈ ਕੇ। ਉਹਨਾਂ ਸਾਨੂੰ ਦੱਸਿਆ ਨਹੀਂ ਨਾ ਕੁਛ ਵੀ ਹੈਗਾ ਵੀ ਮਤਲਬ ਕਾਹਦੇ ਵਾਸਤੇ, ਉਹਨਾਂ ਇਹੋ ਹੀ ਕਿਹਾ ਵੀ ਅਸੀਂ ਬਲੱਡ ਸੈਂਪਲ ਲੈਣਾ ਵੇ ਤਾਂ ਮਤਲਬ ਉੱਧਰ ਭੇਜਣਾ ਵੇ, ਆਹ ਦੱਸ ਕੇ ਗਏ ਨੇ। ਉਹਨਾਂ ਇਹ ਵੀ ਗੱਲ ਕਹੀ ਸੀ ਵੀ ਜੇ ਬਲੱਡ ਸੈਂਪਲ ਪਾਸ ਹੋ ਗਿਆ ਠੀਕ ਹੈ, ਨਹੀਂ ਤਾਂ ਫਿਰ ਤੁਹਾਨੂੰ ਦੁਬਾਰਾ ਫਿਰ ਉੱਥੇ ਹੋਸਪਿਟਲ ਮਤਲਬ ਵੀ ਕਰਾਉਣੇ ਪੈਣਾ ਵੇ, ਅਤੇ ਫਿਰ ਤੁਸੀਂ ਕਰਾ ਦਿਓ ਸਿੰਪਲ। ਤਾਂ ਅਸੀਂ ਕਿਹਾ ਚਲੋ ਕੋਈ ਨਹੀਂ ਕਰਾ ਦਾਂਗੇ। ਬਲਜੀਤ ਸਿੰਘ ਮੇਰੇ ਮਾਮਾ ਜੀ ਨੇ, ਉਹ ਇਰਾਕ 'ਚ ਜਿਹੜੇ ਹੁਣ ਫਸੇ ਨੇ 39 ਭਾਰਤੀਆਂ ਦੇ ਵਿੱਚ ਨੇ, ਅਤੇ ਅੱਜ ਡਾਕਟਰਾਂ ਦੀ ਟੀਮ ਆਈ ਸੀ, ਅਤੇ ਉਹ ਕਹਿੰਦੇ ਨੈਸ਼ਨਲ ਲੈਵਲ 'ਤੇ ਸਾਨੂੰ ਮੈਸੇਜ ਆਇਆ ਕਿ ਮਤਲਬ ਅਸੀਂ ਵੈਰੀਫਿਕੇਸ਼ਨ ਵਾਸਤੇ ਇਹ ਬਲੱਡ ਸੈਂਪਲ ਲੈਣ ਦੇ, ਹਰ ਇੱਕ ਪਰਿਵਾਰ ਦਾ ਇਹ ਬਲੱਡ ਸੈਂਪਲ ਲੈਣਗੇ, ਉੱਥੇ ਜਾ ਕੇ ਵੈਰੀਫਿਕੇਸ਼ਨ ਕਰਨਗੇ ਬੰਦਿਆਂ ਦੀ, ਮਤਲਬ ਕਿਹਦੀ ਕਿਹਦੇ ਨਾਲ DNA ਟੈਸਟ ਵਗੈਰਾ ਮਤਲਬ ਮਿਲਦਾ ਹੀ ਆ, ਉਹਨਾਂ ਦੀ ਜਾ ਕੇ ਫਿਰ ਪੜਤਾਲ ਕਰਕੇ ਦੱਸਣਗੇ ਸਾਨੂੰ, ਫਿਰ ਮੈਸੇਜ ਦੇਣਗੇ। ਮਤਲਬ ਕਹਿੰਦੇ ਹੋ ਸਕਦਾ ਕਈਆਂ ਦਾ ਮਤਲਬ ਸ਼ੋਰਿਟੀ ਨਹੀਂ, ਕਲੈਰਿਟੀ ਨਹੀਂ, ਮਤਲਬ ਕਈਆਂ ਦਾ ਨੁਕਸਾਨ ਹੋ ਸਕਦਾ ਵਾ, ਕਈਆਂ ਦੀ ਸ਼ਕਲਾਂ ਨਹੀਂ ਮਿਲ ਸਕਦੀਆਂ, ਕਿਉਂਕਿ ਇੰਨਾ ਨੁਕਸਾਨ ਹੋਇਆ ਜਿੱਦਾਂ ਵਾਰ ਚੱਲਿਆ ਮਤਲਬ ਨੁਕਸਾਨ ਹੋਇਆ ਹੀ ਆ, ਅਤੇ ਇਸ ਕਰਕੇ ਵੈਰੀਫਿਕੇਸ਼ਨ ਵਾਸਤੇ ਉਹਨਾਂ ਦੇ ਬਲੱਡ ਸੈਂਪਲ ਖੜ੍ਹੇ ਆ, ਮੇਰੀ ਨਾਨੀ ਜੀ ਦਾ ਖੜ੍ਹਾ, ਮੇਰੀ ਮੰਮੀ ਜੀ ਦਾ ਖੜ੍ਹਾ, ਮੇਰੇ ਨਾਨਾ ਜੀ ਦਾ ਖੜ੍ਹਾ, ਇਹਨਾਂ ਦੀਆਂ ਪਾਸਪੋਰਟ ਫੋਟੋ ਖੜ੍ਹੀਆਂ ਵੈਰੀਫਿਕੇਸ਼ਨ ਵਾਸਤੇ।